ਮੈਂ ਪਰਸੋਂ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਮੁਸਲਸਲ ਲੋਕ ਮੈਨੂੰ ਆਖ ਰਹੇ ਹਨ, ਮੁਸਲਸਲ ਬੰਦੇ ਦੋ ਤਰੇ ਦਿਨਾਂ ਤੋਂ ਮੈਂ ਦੋ ਤਰੇ ਦਿਹਾੜੇ ਚੁੱਪ ਰਿਹਾ, ਸੁਣਦਾ ਰਿਹਾ ਹਰ ਕਿਸੇ ਵੀ ਕੌਣ ਕੌਣ ਕੀ ਗੱਦ ਹੈ। ਜਦੋਂ ਸਾਰਿਆਂ ਗੱਲ ਮੁਕਾ ਲਈ, ਮੈਂ 23 ਜ਼ਿਕਾਦ ਵਾਲੇ ਦਿਹਾੜੇ ਬਾਬਾ ਫਾਲੀਏ ਤੋਂ ਸ਼ੁਰੂ ਕੀਤੀ, ਬਲਕਿ ਨਹੀਂ ਚਕਵਾਲ ਤੋਂ। ਫਿਰ ਮੈਂ ਜਿੱਥੇ ਜਿੱਥੇ ਗਿਆ, ਕੱਲ ਦੇ ਦਿਨ ਨੌਕਰੀਆਂ ਅਦਾ ਕੀਤੀਆਂ, ਮੈਂ ਗੱਲ ਜ਼ਰੂਰ ਕੀਤੀ। ਔਰ ਮੇਰੇ ਵੱਲ ਨਹੀਂ ਵੇਖਣਾ, ਨਾਲ ਵਾਲੇ ਬੰਦੇ ਨੂੰ ਵੇਖਣਾ। ਜਿਹੜਾ ਬੰਦਾ ਅਗਰ ਇਸ ਗੱਲ ਚ ਨਹੀਂ ਬੋਲਦਾ, ਮੈਂ ਮੈਂਬਰ ਤੇ ਪਿਆ ਤਾਂ ਲਾਈਵ ਤੇ ਚੱਲਦੀ ਏ, ਉਹਦਾ ਕੋਈ ਹੱਕ ਨਹੀਂ ਉਹ ਮਜਲਿਸ ਚ ਆਵੇ। ਜਿੱਥੇ ਜਿੱਥੇ ਖੜੇ ਹੋ ਬੈਠੇ ਹੋ, ਜਿਹੜਾ ਮਜਲਿਸ ਚ ਆ ਕੇ 12ਵੇਂ ਦਾ ਨੌਕਰ ਸਦਵਾ ਕੇ ਨਹੀਂ ਬੋਲਦਾ, ਉਹ ਫਿਰ 12ਵੇਂ ਦਾ ਨੌਕਰ ਨਹੀਂ, ਉਹ ਉਹਦੇ ਅਲ ਹੈ। ਮੈਂ ਗੱਲ ਕਰਾਂਗਾ, ਅਗਰ ਮੇਰਾ ਸਾਥ ਦੇਗਾ ਬੋਲੇਗਾ। ਇਹ ਇਹਤਜਾਜ ਜਿਹੜਾ ਇੱਥੇ ਬਹਿ ਕੇ ਕਰ ਰਹੇ ਹੈ, ਰਿਕਾਰਡ ਕਰਾ, ਇਸ ਕੈਮਰੇ ਚ ਨਹੀਂ ਉਸ ਕੈਮਰੇ ਚ। ਮੇਰੇ ਵੱਲ ਵੇਖਣਾ ਬਾਈ, ਮੇਰੇ ਵੱਲ ਮੇਰਾ ਪੁੱਤਰ ਹੱਥ ਖੋਲ ਦੇ। ਇਹ ਤੁਸੀਂ ਨਹੀਂ ਸਮਝੋਗੇ ਤੇ ਕੋਈ ਨਹੀਂ ਸਮਝੇਗਾ। ਤੁਸੀਂ ਅਜ਼ਾਦਾਰੀ ਦਾ ਮੁਸਤਕਬਿਲ ਹੋ, ਤੁਸੀਂ ਸਰਕਾਰੇ ਬਹਿਲੋਲ ਦੀ ਫੌਜ ਹੋ, ਆਵਣ ਵਾਲੇ ਅਜ਼ਾਦਾਰ ਹੋ। ਹਰ ਅਜ਼ਾਦਾਰ ਤੁਹਾਡੇ ਵਾਲਦਿਆਂ ਦੁਆ ਮੰਗਾਈਏ, ਮੰਗਾ ਰਹਿਣ ਔਰ ਮੰਗੇਂਦੇ ਰਹਿੰਦੇ ਵੀ ਸਾਡੀ ਇਹ ਅਜ਼ਾਦਾਰੀ ਸਾਡੀਆਂ ਨਸਲਾਂ ਜਾਰੀ ਸਾਰੀ ਰਵੇ। ਇਹ ਦੁਆ ਤੁਹਾਡੇ ਵਾਸਤੇ, ਇਹ ਗੱਲਾਂ ਤੁਸੀਂ ਨਹੀਂ ਸੁਣੋਗੇ ਤੇ ਕੋਈ ਨਹੀਂ ਸੁਣੇਗਾ। ਇਹ ਕਮੀਨੇ ਬਕਵਾਸ ਕੀਤੀ ਹੈ, ਮੇਰੀ ਜ਼ਰੂਰਤ ਨਹੀਂ ਮੈਂ ਉਹਦਾ ਨਾਮ ਹੀ ਲਵਾਂ, ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਜਿਹੜੀ ਗੱਲ ਮੈਂ ਸ਼ੁਰੂ ਕਰ ਰਿਹਾ ਇਹਦੇ ਚ ਉਹਦਾ ਨਾਮ ਹੀ ਹੈ। ਤੇ ਜਿਹੜਾ ਬੰਦਾ ਮਲ ਗਿਆ ਜ਼ਮੀਨ, ਤੂੰ ਜਾਣ 12ਵਾਂ ਜਾਣੇ, ਕਾਬੂ ਹੋ ਕੇ ਬਹਿ। ਪੜੀਏ ਜੀ, ਕਾਬੂ ਹੋ ਪੜੀਏ। ਮੁੰਜ਼ਰ ਸ਼ਾਹ ਉਹ ਕੱਲ ਹੀ ਮਾਮੂ ਕਾਂਜਣ, ਉਹ ਤਾਂ ਨਾ ਨਿਭਾਉਂਦੇ। ਅੱਜ ਦਾ ਇਹਨਾਂ ਨੂੰ ਵੇਖਣ ਲੱਗਾ, ਆਪ ਆਖੇ ਇੱਥੇ ਕਰ। ਮੈਂ ਹਰ ਜਗ੍ਹਾ ਤਾਂ ਨਹੀਂ ਕਰਦਾ, ਲੇਕਿਨ ਇੱਥੇ ਮਜਬੂਰੀ ਬਣ ਗਈ ਕਰਨਾ, ਕਿਉਂਕਿ ਅਕਸਰ ਬੰਦੇ ਸੁਣਦੇ ਆ 12ਵੇਂ ਦੇ ਨੌਕਰ ਸਦਵਾਉਣ ਦਾ ਸ਼ੌਕ ਰੱਖਦੇ, ਜੋ ਅਸੀਂ ਨੌਕਰ ਆ। ਮੈਂ ਸ਼ੇਰ ਕਰ ਸਤਰ ਪੜਦਾ, ਫਿਰ ਪਤਾ ਲੱਗਿਆ ਕੌਣ ਕੌਣ ਨੌਕਰ ਹੈ, ਕੌਣ ਕੌਣ ਬੜਾ ਹੈ, ਨਾਮ ਨੌਕਰ ਹੈ। ਪੜੀਏ, ਤੁਸੀਂ ਵੀ ਤਿਆਰ ਹੋ, ਪੜੀਏ ਜੀ। ਬੇਸ਼ੱਕ ਕਾਰੀ ਕੁਰਾਨ ਭਾਵੇਂ ਅਬਦਲ ਰਹਿਮਾਨ, ਬੇਸ਼ੱਕ ਕਾਰੀ ਕੁਰਾਨ ਭਾਵੇਂ ਅਬਦਲ ਰਹਿਮਾਨ, ਦੁਸ਼ਮਣ 5-12 ਦਾ ਹੈ ਇਹ ਪੁੱਤਰ ਬਜ਼ਾਰੀ ਮਾਂ ਦਾ। ਬੋਲੋ, 12ਵੇਂ ਦਾ ਨੌਕਰ ਬੋਲੇ, ਯਾ ਇਬਾਬਲ ਮੁਲਤਦਰ, ਯਾ ਇਬਾਬਲ ਮੁਲਤਦਰ। ਇੱਕ ਵਾਰੀ ਸਾਰੇ ਖੜੋ ਕੇ ਪੈਰਾਂ ਤੇ, ਯਾ ਇਬਾਬਲ ਮੁਲਤਦਰ, ਯਾ ਇਬਾਬਲ ਮੁਲਤਦਰ, ਯਾ ਇਬਾਬਲ ਮੁਲਤਦਰ। ਇੱਕ ਵਾਰੀ ਸਾਰੇ ਹੱਥ ਖੜਾ ਕਰੋ, ਹੱਥ ਖੜਾ ਕਰੋ। ਮੈਂ ਅਗਲੀ ਸਤਰ ਆਖਾਂ, ਮੇਰੇ ਪਾਸ ਵੇਖ, ਮੈਂ ਪਿਆਦਾ ਸੈਲਫੀ, ਤੂੰ 12ਵੇਂ ਦਾ ਇਨਕਾਰ ਕੀਤਾ ਹੈ, ਜ਼ਾਹਿਰ ਤੂੰ ਅੰਮਾ ਦਾ ਕਿਰਦਾਰ ਕੀਤਾ, ਸੈਲਫੀ ਤੂੰ 12ਵੇਂ ਦਾ। ਹੱਥ ਉਠਾ ਕੇ ਬੋਲ ਹੈਦਰ। ਅੱਛਾ, ਮੈਂ ਪੜ੍ਹ ਦੇਣਾ, ਮੈਂ ਮੁਕੰਮਲ ਕਰ ਦੇਣਾ। ਮੈਂ ਪਿਆਦਾ ਸੈਲਫੀ, ਤੂੰ ਇਨਕਾਰ ਕੀਤਾ, ਜ਼ਾਹਿਰ ਤੂੰ ਅੰਮਾ ਦਾ ਕਿਰਦਾਰ ਕੀਤਾ ਹੈ। ਹੇ ਬੌਕੀਆ ਬੀਬੀ ਨਰਜਸਨ, ਬਾਜ਼ਾਰ ਚ ਕਤਲ ਕਰੋ ਏ ਸਰ, ਹੇ ਬੌਕੀਆ ਬੀਬੀ ਨਰਜਸਨ, ਬਾਜ਼ਾਰ ਚ ਕਤਲ ਕਰ, ਹੱਕਦਾਰ ਏ ਸਖਤ ਸਜ਼ਾ ਦਾ ਏ ਇਹ ਪੁੱਤਰ ਬਜ਼ਾਰੀ ਮਾਦਾ। ਹੁਣ ਅੱਛਾ ਨਾ, ਅੱਛਾ 12ਵੇਂ ਦੇ ਸਾਹਮਣੇ ਮੌਲਾ ਨੂੰ ਬੁਲਾ ਲੀ, ਲਾ ਲੀ।